ਸੜਕ ਵਿਚਾਲੇ ਉਦੋਂ ਹੱਲਾ ਮੱਚ ਗਿਆ ਜਦੋਂ ਇੱਕ ਪੁਲਿਸ ਦੀ ਪੀਸੀਆਰ ਗੱਡੀ ਨੇ ਇੱਕ ਰਾਹਗੀਰ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਦਰਅਸਲ ਇਹ ਰਾਹਗੀਰ ਗ੍ਰੀਨ ਸਿਗਨਲ ਹੋਣ ਤੇ ਹੀ ਉੱਥੋਂ ਚੱਲਿਆ ਸੀ, ਜਦਕਿ ਪੁਲਿਸ ਦੀ ਗੱਡੀ ਜੋ ਹੈ ਰੈੱਡ ਸਿਗਨਲ ਹੋਣ ਤੇ ਵੀ ਬੜੀ ਤੇਜ਼ ਰਫਤਾਰ ਦੇ ਨਾਲ ਹੂਟਰ ਵਜਾਉਂਦੀ ਹੋਈ ਆ ਰਹੀ ਸੀ। ਤਾਂ ਉੱਧਰੋਂ ਜਦੋਂ ਗ੍ਰੀਨ ਸਿਗਨਲ ਹੋਇਆ ਦੂਸਰੀ ਸਾਈਡ ਤੋਂ, ਤਾਂ ਇਹ ਐਕਸਯੂਵੀ ਤੇ ਸਵਾਰ ਰਾਹਗੀਰ ਜਦੋਂ ਇੱਥੋਂ ਰੋਡ ਕ੍ਰਾਸ ਕਰਨ ਲੱਗਾ ਤਾਂ ਇਸ ਪੀਸੀਆਰ ਗੱਡੀ ਨੇ ਇਸਨੂੰ ਜ਼ੋਰ ਨਾਲ ਟੱਕਰ ਮਾਰ ਦਿੱਤੀ, ਜਿਸ ਕਰਕੇ ਰਾਹਗੀਰ ਦੀ ਗੱਡੀ ਦਾ ਨੁਕਸਾਨ ਹੋਇਆ ਹੈ। ਮੂਰਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਦੱਸ ਦਈਏ ਕਿ ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 17 ਦੀਆਂ ਨੇ, ਜਿੱਥੇ ਸੈਕਟਰ 17 ਬੱਸ ਸਟੈਂਡ ਵੱਲ ਜਾਣ ਵਾਲੀ ਸੜਕ ਤੋਂ ਇਸ ਪੁਲਿਸ ਪੀਸੀਆਰ ਗੱਡੀ ਬੜੀ ਤੇਜ਼ ਰਫਤਾਰ ਦੇ ਨਾਲ ਜੋ ਆ ਰਹੀ ਸੀ, ਉਸਨੇ ਇੱਕ ਗ੍ਰੀਨ ਲਾਈਟ ਹੋਣ ਤੇ ਸੈਕਟਰ 16 ਵੱਲੋਂ ਆਉਂਦੀ ਇੱਕ ਐਕਸਯੂਵੀ ਨੂੰ ਜ਼ੋਰ ਨਾਲ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਜੋ ਧਮਾਕੇ ਦੀ ਆਵਾਜ਼ ਹੋਈ, ਟੱਕਰ ਹੋਣ ਦੀ ਆਵਾਜ਼ ਹੋਈ, ਤਾਂ ਇੱਥੇ ਸੜਕ ਤੇ ਟ੍ਰੈਫਿਕ ਵੀ ਇਕੱਠਾ ਹੋ ਗਿਆ। ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਟੱਕਰ ਹੋਣ ਤੋਂ ਬਾਅਦ ਇਹ ਦੋਵੇਂ ਗੱਡੀਆਂ ਸੜਕ ਤੇ ਖੜੀਆਂ ਨੇ, ਤਾਂ ਦੇਖੋ ਐਕਸਯੂਵੀ ਦਾ ਕਿੰਨਾ ਨੁਕਸਾਨ ਹੋਇਆ ਹੈ। ਮੂਰਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਗ੍ਰੀਨ ਸਿਗਨਲ ਹੋਣ ਤੇ, ਯਾਨੀ ਕਿ ਆਪਣਾ ਸਿਗਨਲ ਹੋਣ ਤੇ ਫਿਰ ਹੀ ਗੱਡੀ ਸਟਾਰਟ ਕਰਕੇ ਸੜਕ ਦੇ ਦੂਜੇ ਪਾਸੇ ਜਾ ਰਿਹਾ ਸੀ, ਜਦਕਿ ਉਧਰੋਂ ਆਉਂਦੀ ਹੋਈ ਤੇਜ਼ ਰਫਤਾਰ ਪੀਸੀਆਰ ਗੱਡੀ ਨੇ, ਜੋ ਕਿ ਰੈੱਡ ਸਿਗਨਲ ਤੇ ਵੀ ਹੂਟਰ ਵਜਾਉਂਦੀ ਤੇਜ਼ ਰਫਤਾਰ ਨਾਲ ਆ ਰਹੀ ਸੀ, ਜ਼ੋਰ ਦੇ ਨਾਲ ਟੱਕਰ ਮਾਰ ਦਿੱਤੀ, ਜਿਸ ਕਰਕੇ ਰਾਹਗੀਰ ਦੀ ਗੱਡੀ ਦਾ ਨੁਕਸਾਨ ਹੋਇਆ। ਇੱਕ ਗਨੀਮਤ ਰਹੀ ਹੈ, ਕੋਈ ਜਾਨੀ ਨੁਕਸਾਨ ਇੱਥੇ ਨਹੀਂ ਹੋਇਆ, ਹਾਦਸਾ ਟਲ ਗਿਆ ਹੈ, ਪਰ ਇੱਥੇ ਟੱਕਰ ਬੜੀ ਜ਼ੋਰਦਾਰ ਹੋਈ ਹੈ। ਗੱਡੀ ਦਾ ਜ਼ਰੂਰ ਨੁਕਸਾਨ ਹੋਇਆ, ਜਿਸ ਤੋਂ ਬਾਅਦ ਕੰਟਰੋਲ ਰੂਮ ਤੇ ਫੋਨ ਕਰਕੇ ਪੁਲਿਸ ਕਰਮੀ ਬੁਲਾਏ ਗਏ ਤੇ ਉੱਥੇ ਮੌਕੇ ਤੇ ਪਹੁੰਚੇ, ਦੋਵਾਂ ਗੱਡੀਆਂ ਨੂੰ ਕਬਜ਼ੇ 'ਚ ਲਿਆ ਗਿਆ ਹੈ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ, ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਸੜਕ ਵਿਚਾਲੇ ਉਦੋਂ ਹੱਲਾ ਮੱਚ ਗਿਆ ਜਦੋਂ ਇੱਕ ਪੁਲਿਸ ਦੀ ਪੀਸੀਆਰ ਗੱਡੀ ਨੇ ਇੱਕ ਰਾਹਗੀਰ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ। ਦਰਅਸਲ ਇਹ ਰਾਹਗੀਰ ਗ੍ਰੀਨ ਸਿਗਨਲ ਹੋਣ ਤੇ ਹੀ ਉੱਥੋਂ ਚੱਲਿਆ ਸੀ, ਜਦਕਿ ਪੁਲਿਸ ਦੀ ਗੱਡੀ ਜੋ ਹੈ ਰੈੱਡ ਸਿਗਨਲ ਹੋਣ ਤੇ ਵੀ ਬੜੀ ਤੇਜ਼ ਰਫਤਾਰ ਦੇ ਨਾਲ ਹੂਟਰ ਵਜਾਉਂਦੀ ਹੋਈ ਆ ਰਹੀ ਸੀ। ਤਾਂ ਉੱਧਰੋਂ ਜਦੋਂ ਗ੍ਰੀਨ ਸਿਗਨਲ ਹੋਇਆ ਦੂਸਰੀ ਸਾਈਡ ਤੋਂ, ਤਾਂ ਇਹ ਐਕਸਯੂਵੀ ਤੇ ਸਵਾਰ ਰਾਹਗੀਰ ਜਦੋਂ ਇੱਥੋਂ ਰੋਡ ਕ੍ਰਾਸ ਕਰਨ ਲੱਗਾ ਤਾਂ ਇਸ ਪੀਸੀਆਰ ਗੱਡੀ ਨੇ ਇਸਨੂੰ ਜ਼ੋਰ ਨਾਲ ਟੱਕਰ ਮਾਰ ਦਿੱਤੀ, ਜਿਸ ਕਰਕੇ ਰਾਹਗੀਰ ਦੀ ਗੱਡੀ ਦਾ ਨੁਕਸਾਨ ਹੋਇਆ ਹੈ। ਮੂਰਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਦੱਸ ਦਈਏ ਕਿ ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 17 ਦੀਆਂ ਨੇ, ਜਿੱਥੇ ਸੈਕਟਰ 17 ਬੱਸ ਸਟੈਂਡ ਵੱਲ ਜਾਣ ਵਾਲੀ ਸੜਕ ਤੋਂ ਇਸ ਪੁਲਿਸ ਪੀਸੀਆਰ ਗੱਡੀ ਬੜੀ ਤੇਜ਼ ਰਫਤਾਰ ਦੇ ਨਾਲ ਜੋ ਆ ਰਹੀ ਸੀ, ਉਸਨੇ ਇੱਕ ਗ੍ਰੀਨ ਲਾਈਟ ਹੋਣ ਤੇ ਸੈਕਟਰ 16 ਵੱਲੋਂ ਆਉਂਦੀ ਇੱਕ ਐਕਸਯੂਵੀ ਨੂੰ ਜ਼ੋਰ ਨਾਲ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਜੋ ਧਮਾਕੇ ਦੀ ਆਵਾਜ਼ ਹੋਈ, ਟੱਕਰ ਹੋਣ ਦੀ ਆਵਾਜ਼ ਹੋਈ, ਤਾਂ ਇੱਥੇ ਸੜਕ ਤੇ ਟ੍ਰੈਫਿਕ ਵੀ ਇਕੱਠਾ ਹੋ ਗਿਆ। ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਟੱਕਰ ਹੋਣ ਤੋਂ ਬਾਅਦ ਇਹ ਦੋਵੇਂ ਗੱਡੀਆਂ ਸੜਕ ਤੇ ਖੜੀਆਂ ਨੇ, ਤਾਂ ਦੇਖੋ ਐਕਸਯੂਵੀ ਦਾ ਕਿੰਨਾ ਨੁਕਸਾਨ ਹੋਇਆ ਹੈ। ਮੂਰਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਗ੍ਰੀਨ ਸਿਗਨਲ ਹੋਣ ਤੇ, ਯਾਨੀ ਕਿ ਆਪਣਾ ਸਿਗਨਲ ਹੋਣ ਤੇ ਫਿਰ ਹੀ ਗੱਡੀ ਸਟਾਰਟ ਕਰਕੇ ਸੜਕ ਦੇ ਦੂਜੇ ਪਾਸੇ ਜਾ ਰਿਹਾ ਸੀ, ਜਦਕਿ ਉਧਰੋਂ ਆਉਂਦੀ ਹੋਈ ਤੇਜ਼ ਰਫਤਾਰ ਪੀਸੀਆਰ ਗੱਡੀ ਨੇ, ਜੋ ਕਿ ਰੈੱਡ ਸਿਗਨਲ ਤੇ ਵੀ ਹੂਟਰ ਵਜਾਉਂਦੀ ਤੇਜ਼ ਰਫਤਾਰ ਨਾਲ ਆ ਰਹੀ ਸੀ, ਜ਼ੋਰ ਦੇ ਨਾਲ ਟੱਕਰ ਮਾਰ ਦਿੱਤੀ, ਜਿਸ ਕਰਕੇ ਰਾਹਗੀਰ ਦੀ ਗੱਡੀ ਦਾ ਨੁਕਸਾਨ ਹੋਇਆ। ਇੱਕ ਗਨੀਮਤ ਰਹੀ ਹੈ, ਕੋਈ ਜਾਨੀ ਨੁਕਸਾਨ ਇੱਥੇ ਨਹੀਂ ਹੋਇਆ, ਹਾਦਸਾ ਟਲ ਗਿਆ ਹੈ, ਪਰ ਇੱਥੇ ਟੱਕਰ ਬੜੀ ਜ਼ੋਰਦਾਰ ਹੋਈ ਹੈ। ਗੱਡੀ ਦਾ ਜ਼ਰੂਰ ਨੁਕਸਾਨ ਹੋਇਆ, ਜਿਸ ਤੋਂ ਬਾਅਦ ਕੰਟਰੋਲ ਰੂਮ ਤੇ ਫੋਨ ਕਰਕੇ ਪੁਲਿਸ ਕਰਮੀ ਬੁਲਾਏ ਗਏ ਤੇ ਉੱਥੇ ਮੌਕੇ ਤੇ ਪਹੁੰਚੇ, ਦੋਵਾਂ ਗੱਡੀਆਂ ਨੂੰ ਕਬਜ਼ੇ 'ਚ ਲਿਆ ਗਿਆ ਹੈ। ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ, ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।